ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 13 ਦਸੰਬਰ ਦੀ ਮਾਰਨਿੰਗ ਸਲਾਈਡ ਡੇਲੀ ਆਪਾਂ ਜਿਹੜੀ ਮਾਰਨਿੰਗ ਸਲਾਈਡ ਦੀ ਵੀਡੀਓ ਬਣਾ ਕੇ ਅਪਲੋਡ ਕਰਦੇ ਆਂ ਕਾਫੀ ਬੱਚੇ ਦੇਖਦੇ ਆ ਕਾਫੀ ਟੀਚਰਸ ਵੀ ਦੇਖਦੇ ਆ ਵੀਡੀਓ ਨੂੰ ਤੇ ਕਾਫੀ ਪਿਆਰ ਦਿੰਦੇ ਆ ਤੇ ਅੱਗੇ ਕੀ ਹੁੰਦਾ ਹੈ ਵੀ ਵੀਡੀਓ ਨੂੰ ਜਿਹੜਾ ਤੁਸੀਂ ਕੰਟੀਨਿਊ ਦੇਖਿਆ ਕਰੋ ਕਿਉਂਕਿ ਸਲਾਈਡ 'ਚ ਆਪਾਂ ਕੰਟੀਨਿਉਟੀ ਬਣਾਵਾਂਗੇ ਤਾਂ ਹੀ ਜਿਹੜਾ ਉਹਦਾ ਆਪਾਂ ਨੂੰ ਬੇਨਿਫਿਟ ਹੁੰਦਾ ਹੈ ਤੇ ਸਾਰੇ ਬੱਚਿਆਂ ਨੂੰ ਇਹੀ ਦੁਬਾਰਾ ਬੇਨਤੀ ਹੈ ਵੀ ਤੁਸੀਂ ਡੇਲੀ ਮਾਰਨਿੰਗ ਸਲਾਈਡ ਦੇਖਿਆ ਕਰੋ ਜਿੱਦਾਂ ਇੱਕ ਛੁੱਟੀ ਆਉਂਦੀ ਹੈ ਜਾਂ ਸੰਡੇ ਆਉਂਦਾ ਹੈ ਤੁਹਾਡਾ ਜਿਹੜਾ ਇੱਕ ਦੋ ਦਿਨ ਤੱਕ ਮਾਰਨਿੰਗ ਸਲਾਈਡ ਤੋਂ ਜਿਹੜਾ ਮਨ ਹਟ ਜਾਂਦਾ ਕੁਝ ਬੱਚੇ ਜਿਹੜਾ ਦੇਖਣਾ ਹਟ ਜਾਂਦੇ ਆ ਇਸ ਤਰ੍ਹਾਂ ਜਿਹੜਾ ਤੁਸੀਂ ਨਾ ਡੇਲੀ ਮਾਰਨਿੰਗ ਸਲਾਈਡ ਨੂੰ ਦੇਖਿਆ ਕਰੋ ਹੁਣ ਆਪਾਂ ਕਰਦੇ ਹਾਂ ਅੱਜ 13 ਦਸੰਬਰ ਦੀ ਮਾਰਨਿੰਗ ਸਲਾਈਡ ਅੱਜ ਦਾ ਦਿਨ ਬੁੱਧਵਾਰ ਅੱਜ ਦੀ ਮਿਤੀ 13 ਦਸੰਬਰ 2023 ਅੱਜ ਦਾ ਵਿਚਾਰ ਪਿਆਰੇ ਬੱਚੋ ਅੱਜ ਦਾ ਵਿਚਾਰ ਹੈ ਪਾਣੀ ਬਚਾਓ ਜੀਵਨ ਬਚਾਓ ਤਾਂ ਪਿਆਰੇ ਬੱਚੋ ਆਪਾਂ ਖਾਣਾ ਖਾਦੇ ਬਿਨਾ ਇੱਕ ਅੱਧਾ ਦਿਨ ਫਿਰ ਵੀ ਰਹਿ ਸਕਦੇ ਆ ਪਰ ਪਾਣੀ ਬਿਨਾ ਆਪਾਂ ਨਹੀਂ ਰਹਿ ਸਕਦੇ ਇਸ ਕਰਕੇ ਜਿਹੜਾ ਪਾਣੀ ਬਚਾਣਾ ਬਹੁਤ ਜ਼ਰੂਰੀ ਹੈ ਜੇ ਪਾਣੀ ਨਾ ਬਚਿਆ ਤਾਂ ਜਿਹੜਾ ਆਪਣਾ ਜੀਵਨ ਵੀ ਨਹੀਂ ਬਚਣਾ ਹੁਣ ਦੇਖੋ ਆਪਾਂ ਨੂੰ ਪਤਾ ਹੈ ਪਾਣੀ ਦਾ ਲੈਵਲ ਜਿਹੜਾ ਹੁਣ ਬਹੁਤ ਡੂੰਘਾ ਹੋ ਚੁੱਕਿਆ ਬਹੁਤ ਡੂੰਘੇ ਬੋਰ ਹੁੰਦੇ ਨੇ ਤਾਂ ਜਾ ਕੇ ਜਿਹੜਾ ਪਾਣੀ ਨਿਕਲਦਾ ਤੇ ਪਾਣੀ ਆਪਾਂ ਬਚਾ ਕਿਵੇਂ ਸਕਦੇ ਹਾਂ ਬੱਚੋ ਜਿੰਨੇ ਕਿਉਂ ਲੈਵਲ ਦੇ ਆਪਾਂ ਹੈਗੇ ਆ ਜੋ ਆਪਾਂ ਕਰ ਸਕਦੇ ਆ ਉਸ ਤਰ੍ਹਾਂ ਜਿਹੜਾ ਕਰਨਾ ਚਾਹੀਦਾ ਜਿੱਦਾਂ ਤੁਸੀਂ ਸਕੂਲ ਦੇ ਵਿੱਚ ਤੇ ਪਾਣੀ ਜਿਹੜਾ ਭਰ-ਪਰ ਕੇ ਗਲਾਸ ਡੋਲਣਾ ਟੂਟੀਆਂ ਤੋਂ ਉਹ ਨਹੀਂ ਡੋਲਣਾ ਜਾਂ ਕਿਤੇ ਤੁਹਾਨੂੰ ਬਾਜ਼ਾਰ ਦੇ ਵਿੱਚ ਸਕੂਲ ਦੇ ਵਿੱਚ ਕਿਤੇ ਟੂਟੀ ਚੱਲਦੀ ਦਿਖਦੀ ਆ ਉਹਨੂੰ ਬੰਦ ਕਰੋ ਘਰ ਦੇ ਵਿੱਚ ਵੀ ਜਿੰਨਾ ਪਾਣੀ ਜ਼ਰੂਰਤ ਹੈਗੀ ਆ ਉਹਨਾਂ ਹੀ ਪਾਣੀ ਦੀ ਵਰਤੋਂ ਕਰੋ ਫालतू ਪਾਣੀ ਵੇਸਟ ਨਾ ਕਰੋ ਇਸ ਤਰ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਜਿਹੜਾ ਆਪਾਂ ਪਾਣੀ ਬਚਾ ਸਕਦੇ ਆ ਤੇ ਅੱਗੇ ਆਪਾਂ ਕਰਦੇ ਹਾਂ ਅੱਜ ਦੇ ਕੁਐਸਚਨ ਪਹਿਲਾ ਕੁਐਸਚਨ ਹੈਗਾ ਛੋਟੇ ਸਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸਪਾਈ ਗ੍ਰਿਫਤਾਰ ਕਰਕੇ ਕਿੱਥੇ ਲੈ ਗਏ ਤਾਂ ਪਿਆਰੇ ਬੱਚੋ ਜਦੋਂ ਛੋਟੇ ਬੱਚੇ ਤੇ ਮਾਤਾ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੋਂ ਸਰਸਾ ਨਦੀ ਤੇ ਅਲੱਗ ਹੋ ਗਏ ਸੀ ਫਿਰ ਉਹਨਾਂ ਨੂੰ ਗੰਗੂ ਬ੍ਰਾਹਮਣ ਲੈ ਗਿਆ ਸੀ ਤੇ ਉਸ ਤੋਂ ਬਾਅਦ ਕੀ ਹੈ ਉਹਨਾਂ ਨੂੰ ਮੁਗਲ ਫੌਜਾਂ ਨੇ ਕੈਦ ਕਰ ਲਿਆ ਸੀ ਤੇ ਉਹਨਾਂ ਨੂੰ ਸਰਹੰਦ ਵਿਖੇ ਲੈ ਗਏ ਸੀ ਕਿੱਥੇ ਲੈ ਗਏ ਸੀ ਸਰਹੰਦ ਵਿਖੇ ਦੂਸਰਾ ਛੋਟੇ ਸਾਹਿਬ ਜਦੇ ਅਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਵਿੱਚ ਕਿੱਥੇ ਰੱਖਿਆ ਗਿਆ ਤੇ ਕੈਦ ਕਰਕੇ ਜਦੋਂ ਸਰਹੰਦ ਦੇ ਚ ਲੈ ਗਏ ਤੇ ਉੱਥੇ ਕੀ ਹੈ ਇੱਕ ਉੱਪਰ ਜਿਹੜਾ ਆਪਾਂ ਕਹਿੰਦੇ ਹਾਂ ਉੱਚੀ ਜਗ੍ਹਾ ਬਣੀ ਹੋਈ ਸੀ ਜਿਹਨੂੰ ਠੰਡੇ ਬੁਰਜ ਕਹਿੰਦੇ ਸੀ ਸਰਦੀ ਦੇ ਦਿਨ ਸੀ ਤੇ ਚਾਰੇ ਪਾਸੇ ਖੁੱਲੀ ਹਵਾ ਲੱਗਦੀ ਸੀ ਤੇ ਉਹਨਾਂ ਨੂੰ ਠੰਡੇ ਬੁਰਜ ਕਿਹਾ ਜਾਂਦਾ ਸੀ ਤੇ ਉੱਥੇ ਰੱਖਿਆ ਗਿਆ ਉਹਨਾਂ ਨੂੰ ਅਗਲਾ ਕੁਐਸਚਨ ਸਾਡੀ ਰਾਸ਼ਟਰੀ ਝੰਡੇ ਵਿੱਚ ਅਸ਼ੋਕ ਚੱਕਰ ਦਾ ਕਿਹੜਾ ਰੰਗ ਹੁੰਦਾ ਹੈ ਤਾਂ ਪਿਆਰੇ ਬੱਚੋ ਰਾਸ਼ਟਰੀ ਝੰਡਾ ਆਪਾਂ ਦੇਖਦੇ ਹਾਂ ਤਿਰੰਗਾ ਜਿੰਦੇ ਵਿੱਚਕਾਰ ਇੱਕ ਅਸ਼ੋਕ ਚੱਕਰ ਬਣਿਆ ਹੁੰਦਾ ਹੈ ਗੋਲ-ਗੋਲ ਤੇ ਉਹਦਾ ਕਲਰ ਕੀ ਹੁੰਦਾ ਹੈ ਨੀਲਾ ਚੌਥਾ ਕੁਐਸਚਨ ਵਰਗ ਦੇ ਹਰੇਕ ਕੋਣ ਦਾ ਮਾਪ ਕਿੰਨਾ ਹੁੰਦਾ ਹੈ ਤਾਂ ਪਿਆਰੇ ਬੱਚੋ ਆਪਾਂ ਜਦੋਂ ਕਲਾਸ ਦੇ ਵਿੱਚ ਵਰਗ ਬਾਰੇ ਤੁਹਾਨੂੰ ਦੱਸਿਆ ਸੀ ਸ਼ੇਪ ਵੀ ਦਿਖਾਈ ਸੀ ਵਰਗ ਦੀ ਤੇ ਉਹਦੇ ਚਾਰੇ ਕੋਣ ਜਿਹੜੇ ਕਿੰਨੇ ਹੁੰਦੇ ਐ 90 ਡਿਗਰੀ ਦੇ ਪੰਜਵਾਂ ਕੁਐਸਚਨ ਬ੍ਰੇਲ ਲਿਪੀ ਦੀ ਖੋਜ ਕਿਸ ਨੇ ਕੀਤੀ ਤਾਂ ਪਿਆਰੇ ਬੱਚਿਓ ਜਦੋਂ ਆਪਾਂ ਬਰੇਲ ਲਿਪੀ ਬਾਰੇ ਤੁਹਾਨੂੰ ਦੱਸਿਆ ਸੀਗਾ ਈਵੀਐਸ ਦੀ ਬੁੱਕ ਦੇ ਵਿੱਚ ਤੇ ਬਰੇਲ ਲਿਪੀ ਦੀ ਖੋਜ ਕਿਸ ਨੇ ਕੀਤੀ ਸੀ ਲੂਈ ਬਰੇਲ ਨੇ ਅੱਗੇ ਆਪਾਂ ਕਰਦੇ ਹਾਂ ਅੱਜ ਦੀ ਬੁਝਾਰਤ ਓਲਣੀ ਮੋਲਣੀ ਸਾਰਾ ਪਿੰਡ ਫਿਰ ਕੇ ਬੂਹੇ ਵਿੱਚ ਖੋਲਣੀ ਤੇ ਉਹ ਕੀ ਹੋ ਗਿਆ ਪਿਆਰੇ ਬੱਚਿਓ ਜੁੱਤੀ ਤੇ ਅੱਗੇ ਆਪਾਂ ਕਰਦੇ ਹਾਂ ਵਰਡ ਫੋਰ ਪ੍ਰੈਕਟਿਸ ਅੱਜ ਦੇ ਇੰਗਲਿਸ਼ ਦੇ ਵਰਡ ਇੰਗਲਿਸ਼ ਦੇ ਵਰਡ ਕਰਨ ਤੋਂ ਪਹਿਲੇ ਮੈਂ ਸਾਰੇ ਬੱਚਿਆਂ ਨੂੰ ਤੇ ਇਹ ਦੇ ਅਫਸਰਾਂ ਨੂੰ ਦੱਸ ਦੇਣਾ ਚਾਹਣਾ ਕਿ ਇੱਕ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜੇ ਆਪਾਂ ਹੁਣ ਦਸੰਬਰ ਦੇ ਵਿੱਚ ਐਗਜ਼ਾਮ ਦੀ ਜਿਹੜੀ ਡੇਟਸ਼ੀਟ ਆ ਗਈ ਹੈ ਪ੍ਰਾਇਮਰੀ ਦੇ ਵਿੱਚ ਕੱਲ ਤੋਂ ਐਗਜ਼ਾਮ ਸਟਾਰਟ ਨੇ ਤੇ ਉਹਨਾਂ ਦੇ ਜਿਹੜੇ ਸੈਂਪਲ ਪੇਪਰ ਤਿਆਰ ਕਰਕੇ ਉਹਨਾਂ ਦਾ ਵਿਦ ਸੋਲੂਸ਼ਨ ਵੀਡੀਓ ਜਿਹੜੇ ਚੈਨਲ ਤੇ ਆਪਾਂ ਪਾ ਦਿਆਂਗੇ ਇੱਕ ਡੇਢ ਘੰਟੇ ਦੇ ਅੰਦਰ ਅੰਦਰ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੁਆਇਨ ਕਰ ਲਓ ਉਹ ਜਿਹੜੀ ਆਪਾਂ ਤੁਹਾਨੂੰ ਵੀਡੀਓ ਚੈਨਲ ਤੇ ਮਿਲ ਜਾਣ ਗਿਆ ਤੇ ਉਹ ਸਾਰੇ ਪੇਪਰਸ ਦੀਆਂ ਆਪਾਂ ਪਾ ਦਿਆਂਗੇ ਅੱਜ 5th ਕਲਾਸ ਦੀਆਂ ਤੁਸੀਂ ਸਾਰੀਆਂ ਵੀਡੀਓ ਜਿਹੜੇ ਬੱਚੇ ਦੇਖ ਲਿਓ ਤਾਂ ਕਿ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਕਿੱਦਾਂ ਦਾ ਪੇਪਰ ਹੋਊਗਾ ਹੁਣ ਆਪਾਂ ਕਰਦੇ ਹਾਂ ਵਰਡਸ ਟੂਡੇਜ਼ ਵਰਡ ਅੱਜ ਦੇ ਸ਼ਬਦ ਪਹਿਲਾ ਵਰਡ ਹੈਗਾ ਸੀਡ S E E D ਸੀਡ ਸੀਡ ਕੀ ਹੁੰਦਾ ਹੈ ਬੀਜ ਹੁੰਦਾ ਹੈ ਨਸਲ ਹੋਗੀ ਦਾਣਾ ਜਾਂ ਬੀਜਾਂ ਨੂੰ ਆਪਾਂ ਕਹਿੰਦੇ ਨੇ ਆ ਮੇਨ ਆਪਾਂ ਬੀਜ ਨੂੰ ਹੀ ਜਿਹੜਾ ਸੀਡ ਕੰਨੇ ਆ ਜਿਹੜਾ ਆਪਾਂ ਬੀਜ ਬੋਨੇ ਆ ਉਸ ਤੋਂ ਬਾਅਦ ਹੈ ਸੋਇਲ S O I L ਸੋਇਲ ਸੋਇਲ ਕੀ ਹੁੰਦਾ ਹੈ ਮਿੱਟੀ ਭੂਮੀ ਜਾਂ ਜ਼ਮੀਨ ਬੀਜ ਆਪਾਂ ਕਿੱਥੇ ਬੋਨੇ ਆ ਮਿੱਟੀ ਦੇ ਵਿੱਚ ਤੀਸਰਾ ਵਰਡ ਰੂਟਸ ਤਾਂ ਪਿਆਰੇ ਬੱਚੋ ਰੂਟਸ ਰੂਟਸ ਕੀ ਹੁੰਦੀਆਂ ਜੜਾਂ ਜਦੋਂ ਆਪਾਂ ਬੀਜ ਮਿੱਟੀ ਦੇ ਵਿੱਚ ਬੋਨੇ ਆ ਤੇ ਫਿਰ ਕੀ ਉਹ ਜੜਾਂ ਲਗਣੀਆਂ ਲੱਗ ਜਾਂਦੀਆਂ ਮਿੱਟੀ ਦੇ ਵਿੱਚ ਤੇ ਫਿਰ ਉੱਪਰ ਪੇੜ ਨਿਕਲਦਾ ਤੇ ਥੱਲੇ ਜੜਾਂ ਹੁੰਦੀਆਂ ਉਹਨਾਂ ਰੂਟਸ ਦੀ ਗੱਲ ਕੀਤੀ ਹੈ ਅੱਗੇ ਆ ਗਿਆ leaves l e a v e s leaves leaves ਕੀ ਹੁੰਦਾ ਹੈ ਛਟੀਆਂ ਕਹਿ ਦਿੰਨੇ ਆਪਾਂ じゃ ਪੱਤੇ ਇੱਥੇ ਲੀਵਸ ਦੀ ਜਿਹੜੀ ਗੱਲ ਕੀਤੀ ਜੀ ਉਹ ਪੱਤਿਆਂ ਦੀ ਗੱਲ ਕੀਤੀ ਕਿਉਂਕਿ ਅੱਜ ਦੇ ਸਾਰੇ ਵਰਡਸ ਆ ਆਪਾਂ ਕਹੀਏ ਤੇ ਇੱਕ ਪੌਦੇ ਨਾਲ ਰਿਲੇਟਡ ਹੈ ਕਿਵੇਂ ਇੱਕ ਪੌਦਾ ਤਿਆਰ ਹੁੰਦਾ ਅੱਗੇ ਆ ਗਿਆ ਫਰੂਟਸ f r u i t s fruits ਹੁਣ ਜਦੋਂ ਪੀੜ ਵੱਡਾ ਹੋ ਗਿਆ ਬੀਜ ਬੁੱਜਿਆ ਮਿੱਟੀ ਦੇ ਵਿੱਚ ਜਿਹੜਾ ਥੱਲੇ ਗਈਆਂ ਉੱਪਰ ਪੇੜ ਨਿਕਲਿਆ ਤੇ ਪੇੜ ਦੇ ਫਿਰ ਪੱਤੇ ਨਿਕਲੇ ਟਾਹਣੀਆਂ ਨਿਕਲੀਆਂ ਤੇ ਉਹਨੂੰ ਕੀ ਲੱਗਦੇ ਆ ਫਿਰ ਫਰੂਟਸ ਫਲ ਤੇ ਇਹ ਸੀਗੀ ਅੱਜ ਦੀ ਮਾਰਨਿੰਗ ਸਲਾਈਡ ਹਰ ਰੋਜ਼ ਦੀ ਤਰ੍ਹਾਂ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਮਾਰਨਿੰਗ ਸਲਾਈਡ ਨੂੰ ਸਾਰੇ ਬੱਚਿਆਂ ਤੱਕ ਜਿਹੜਾ ਗਰੁੱਪਾਂ ਚ ਜੋ ਵਟਸਐਪ ਗਰੁੱਪਾਂ ਚ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਬੱਚੇ ਘਰ ਤੋਂ ਹੀ ਮਾਰਨਿੰਗ ਸਲਾਈਡ ਨੂੰ ਵਧੀਆ ਤਰੀਕੇ ਦੇ ਨਾਲ ਕਰਕੇ ਆਉਣ ਤੇ ਬਾਕੀ ਜਿਹੜਾ ਅੱਜ ਤੁਹਾਨੂੰ ਸੈਂਪਲ ਪੇਪਰ ਬਾਰੇ ਦੱਸਿਆ ਉਹ ਵੀਡੀਓ ਵੀ ਜਰੂਰ ਦੇਖਿਓ ਇੱਕ ਅੱਧੇ ਘੰਟੇ ਦੇ ਵਿੱਚ ਆਪਾਂ ਅਪਲੋਡ ਕਰ ਦਿਆਂਗੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਡੇਲੀ ਦੀ ਜਿਹੜੀ ਮਾਰਨਿੰਗ ਸਟਾਈ ਸਮੇਂ ਸਿਰ ਮਿਲ ਸਕੇ ਤੇ ਵੀਡੀਓ ਵਧੀਆ ਲੱਗਦੀ ਹੈ ਜਰੂਰ ਲਾਈਕ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਓ ਸੋਲਵਰ ਪੇਪਰ ਨੂੰ ਵੀ ਲੈ ਕੇ ਤੇ ਹੋਰ ਵੀ ਜੇ ਵੀਡੀਓ ਵਧੀਆ ਲੱਗਦੀ ਤਾਂ ਵਧੀਆ-ਵਧੀਆ ਕਮੈਂਟ ਕਰਿਆ ਕਰੋ ਥੈਂਕ ਯੂ